ਇੱਕ ਪਾਸੇ ਸਿਆਸਤ ਜਿੱਥੇ ਸਰਗਰਮੀਆਂ ਫੜੀ ਖੜੀ ਆ, ਉੱਥੇ ਅਫਸਰਾਂ ਦੀਆਂ ਵੀ ਕਰਤੂਤਾਂ ਸਾਹਮਣੇ ਆ ਜਾਂਦੀਆਂ, ਕਿਉਂਕਿ ਉਹ ਬੇਨਾਮੀਆਂ ਪ੍ਰਾਪਰਟੀਆਂ ਬਣਾਉਣ ਲਈ, ਜਾਇਦਾਦ ਬਣਾਉਣ ਲਈ ਜਾਣੇ ਜਾਂਦੇ ਆ। ਇੱਕ ਸੁਣਨ ਵਿੱਚ ਆ ਰਹੀ ਹੈ ਗੱਲ ਕਿ IAS ਅਫਸਰ ਜਿਹੜਾ ਕਿ ਟਪਲਾ ਖਾ ਗਿਆ, ਹੁਣ ਜਿਹੜੇ ਨਾਮ ਦੇ ਉੱਤੇ ਜਾਇਦਾਦ ਬਣਾਈ ਸੀ, ਕਹਿੰਦੇ ਕਰੋੜਾਂ ਰੁਪਏ ਦੀ ਜਾਇਦਾਦ ਸੀ, ਉਹ ਖਾਲੀ ਹੱਥ ਹੋ ਗਏ ਉਹਦੇ, ਉਹ ਕਿਵੇਂ ਹੋਏ, ਕੀ ਹੈ ਮਾਜਰਾ, ਕੀ ਹੈ? ਦੇਖੋ, ਸਭ ਤੋਂ ਵੱਡੀ ਗੱਲ ਹੈ ਕਿ ਬਹੁਤ ਸਾਰੇ ਜਿਹੜੇ ਬੇਈਮਾਨ ਅਫਸਰ ਜਾਂ ਬੇਈਮਾਨ ਸਿਆਸੀ ਲੀਡਰ ਨੇ ਦੇਸ਼ ਦੇ, ਨਾ ਉਹ ਕਿਉਂਕਿ ਬਨਾਮੀ ਪ੍ਰੋਪਰਟੀ ਬਹੁਤ ਹੁੰਦੀ ਆ, ਜਿਹੜੇ ਉਹਨਾਂ ਦੇ ਕੰਮ ਕਰਦੇ ਨੇ ਘਰਾਂ 'ਚ ਜਾਂ ਰਿਸ਼ਤੇਦਾਰ ਜੇ ਉਹ ਲੱਟਰ ਪੱਟਰ, ਉਹਨਾਂ ਦੇ ਨਾਮ 'ਤੇ ਬਨਾਮੀ ਪ੍ਰੋਪਰਟੀ ਖਰੀਦ ਲੈਂਦੇ ਹੈਗੇ ਨੇ। ਉਹ ਹੁਣ ਸਵਾਲ ਹੈ, ਕਈ ਤਾਂ ਵਿਸ਼ਵਾਸ ਪਾਤਰ ਹੁੰਦੇ, ਕਈ ਵਿਚਾਰੇ ਡਰਦੇ ਹੁੰਦੇ ਨੇ, ਕਈ ਇੰਨੇ ਯੋਗੇ ਨਹੀਂ ਹੁੰਦੇ ਕਿ ਧੋਖਾ ਦੇ ਜਾਣ। ਪਰ ਜਿਹੜੇ ਪੰਜਾਬ ਦੇ ਅਫਸਰ ਬਾਰੇ ਚਰਚਾ ਕਿ ਹਜੇ ਵੀ ਬੰਦਾ ਉਹ ਸਰਵਿਸ ਕਰਦਾ ਹੈਗਾ, ਹੁਣ ਕਹਿੰਦੇ ਕਿ ਉਹਨੂੰ ਵੀ ਬਨਾਮੀ ਪ੍ਰੋਪਰਟੀ ਉਹਨਾਂ ਨੇ ਬਣਾਈ ਵਾਧੂ, ਕੋਈ ਜਾਣਕਾਰ ਹੋਊਗਾ ਉਹਦੇ ਨਾਮ 'ਤੇ 20 ਕਰੋੜ ਰੁਪਏ ਦੀ ਬਨਾਮੀ ਪ੍ਰੋਪਰਟੀ ਖਰੀਦ ਲਈ, ਉਹ ਬੰਦਾ ਸਵਰਗ ਸੁਧਾਰ ਗਿਆ। ਹੁਣ ਉਹਦੇ ਜਿਹੜੇ ਧੀਆਂ ਪੁੱਤ ਆ ਉਹ ਹੁਣ ਪੱਲਾ ਨਹੀਂ ਫੜਾਉਂਦੇ ਹੈਗੇ। ਹੁਣ ਸਵਾਲ ਇਸ ਮਸਲੇ ਦੇ ਵਿੱਚ ਆ ਕਿ ਚੋਰਾਂ ਨੂੰ ਪੈ ਗਏ, ਹੈ ਨਾ, ਹੋ ਗਿਆ ਮੋਹਰਾਂ ਨੂੰ ਪੈ ਗਏ ਚੋਰ, ਹੁਣ ਉਹ IAS ਅਫਸਰ ਨਾ ਕਿਤੇ ਜਾਣ ਜੋਗਾ, ਜੇ ਕਿਤੇ ਸ਼ਿਕਾਇਤ ਕਰੂਗਾ। ਹਾਲਾਂਕਿ ਹੋ ਸਕਦਾ ਕਿ ਉਹਦੇ ਜਿਹੜੇ ਦੋਸਤ ਹੋਣ ਪੁਲਿਸ ਦੇ ਵਿੱਚ ਡਰਾਵਾ ਡਰੂਵਾ ਦੇਣ ਉਹਨੇ ਨਿਆਣਿਆਂ ਨੂੰ, ਉਸ ਬੰਦੇ ਦੇ ਟੱਬਰ ਨੂੰ ਵੀ ਚੱਕ ਲਾਂਗੇ, ਮੁਕੱਦਮਾ ਦਰਜ ਕਰ ਦੇ ਜੇਗਾ। ਪਰ ਜੇ ਉਹ ਅੱਗੇ ਸਟੈਂਡ ਲੈ ਗਏ ਨੇ ਤੇ ਫਿਰ ਅਫਸਰ ਵੀ ਫਸ ਸਕਦਾ ਹੈਗਾ ਕਿ ਤੂੰ ਦੱਸ 20 ਕਰੋੜ ਰੁਪਈਆ ਤੇਰੇ ਕੋਲ ਕਿੱਥੋਂ ਆ ਗਿਆ, ਸੋਰਸ ਦੱਸੋ ਨਾ। ਕਿਉਂਕਿ ਚਾਹੇ ਤੁਸੀਂ 22 ਸਾਲ ਦੀ ਉਮਰ ਦੇ ਵਿੱਚ IAS IPS ਸਿਲੈਕਟ ਹੋ ਜਾਓ ਅਤੇ 60 ਸਾਲ ਦੀ ਉਮਰ ਦੇ ਵਿੱਚ, ਮਤਲਬ 38 ਸਾਲ ਦੀ ਉਮਰ ਦੇ ਵਿੱਚ ਵੀ ਤੁਸੀਂ 20 ਕਰੋੜ ਰੁਪਏ ਦੀ ਪ੍ਰੋਪਰਟੀ ਨਹੀਂ ਬਣਾ ਸਕਦੇ ਹੈਗੇ। ਅਤੇ ਜੇ ਬਣਾਈ ਆ, ਮੰਨ ਕੇ ਚੱਲੋ ਕਿ ਹੇਰਾ ਫੇਰੀ, ਠੱਗੀ, ਲੋਕਾਂ ਦਾ ਖੂਨ ਪੀਤਾ, ਲੋਕਾਂ ਦਾ ਖੂਨ ਚੂਸਿਆ, ਲੋਕਾਂ ਨਾਲ ਠੱਗੀ ਮਾਰੀ ਹੈਗੀ ਆ, ਬਨਾਮੀ ਪ੍ਰੋਪਰਟੀ ਬਣਾਈ ਆ, ਹੇਰਾ ਫੇਰੀ ਕੀਤੀ ਆ, ਸਿਰੇ ਦੇ ਤੁਸੀਂ ਚੋਰ ਹੋ, ਸਿਰੇ ਦੇ ਤੁਸੀਂ ਠੱਗ ਹੋ। ਇਸ ਕਰਕੇ ਹੁਣ ਅਫਸਰ ਬੁਰੀ ਤਰ੍ਹਾਂ ਫਸ ਗਿਆ ਹੈਗਾ ਕਿ ਉਹਦੇ ਨਾਲ ਤਾਂ ਇੰਨੀ ਜ਼ਿਆਦਾ ਮਾੜੀ ਹੋ ਗਈ ਨਾ ਕਿ ਬੰਦਾ ਸੋਚਦਾ ਹੋਊਗਾ ਕਿ ਹੋਇਆ ਕੀ ਮੇਰੇ ਨਾਲ, ਨਾ ਹੁਣ ਪਛਤਾਉਂਦਾ ਹੋਊਗਾ। ਪਰ ਇਹ ਉਹਨਾਂ ਲੋਕਾਂ ਵਾਸਤੇ ਸਬਕ ਆ ਕਿ ਜਿਹੜੇ ਬੇਨਾਮੀ ਪ੍ਰੋਪਰਟੀ ਬਣਾਉਂਦੇ ਨੇ। ਬਹੁਤ ਸਾਰੇ ਲੀਡਰ ਅਜਿਹੇ ਨੇ ਜਿਨ੍ਹਾਂ ਨੇ ਆਪਣੇ ਘਰਾਂ ਦੇ ਵਿੱਚ ਕੰਮ ਕਰਦੇ, 9 ਕਰੋੜ ਇੰਨੀਆਂ ਜ਼ਮੀਨਾਂ ਖਰੀਦ ਲਈਆਂ ਨੇ, ਠੀਕ ਆ। ਇੱਕ MLA ਬਣਦੇ ਉਹ ਤਾਂ 5 ਸਾਲਾਂ 'ਚ 150-200 ਕਿੱਲਾ ਦੇ ਜ਼ਮੀਨ ਦਾ ਬਣਾ ਲੈਂਦਾ, 3-4 ਉਹਨੂੰ ਪੈਟਰੋਲ ਪੰਪ ਮਿਲ ਜਾਂਦੇ ਹੈਗੇ ਨੇ, 1 ਅੱਧੀ ਉਹਨੂੰ ਗੈਸ ਏਜੰਸੀ ਮਿਲ ਜਾਂਦੀ ਹੈਗੀ ਨੇ। ਜਿਹਦੇ ਕੋਲ ਪਹਿਲਾਂ ਇੱਕ ਅਮਰੂਤੀ ਕਾਰ ਹੁੰਦੀ, ਉਹ MLA ਬਣ ਕੇ 5 ਸਾਲਾਂ ਦੇ ਵਿੱਚ ਉਹਦੇ ਘਰ 5 ਕਾਰਾਂ ਹੁੰਦੀਆਂ ਨੇ। ਜਿਹੜਾ 5 ਮਰਲੇ ਦਾ ਘਰ ਹੁੰਦਾ 5 ਸਾਲਾਂ ਦੇ, ਦੋ ਤਿੰਨ ਢਾਈ ਕਨਾਲ ਦੀ ਕੋਠੀ ਪਾ ਕੇ ਬੈਠ ਜਾਂਦਾ, ਫਿਰ ਇੱਕ ਚੰਡੀਗੜ੍ਹ ਲੈ ਲੂ ਜਿੱਥੇ MLA ਦੇ ਫਲੈਟ ਬਣੇ, ਫਿਰ ਮੋਹਾਲੀ ਲੈ ਲੂ। ਇਹੀ ਆ, ਇਹ ਬੇਨਾਮੀ ਨਾ। ਹੁਣ ਉਹ ਜਿਹੜਾ ਅਫਸਰ ਆ, ਉਹ ਕੀ ਪਤਾ ਕਦੋਂ DC ਤੋਂ ਲੈ ਕੇ ਅਤੇ ਹੁਣ ਤਾਂ ਕੋਈ ਠੱਗੀਆਂ ਮਾਰਦਾ ਰਹੂਗਾ। ਅਤੇ ਇਹਦੇ ਕਮਾਲ ਹੋਈ ਪਈ ਨਾ, ਇਹ ਕਈਆਂ ਨੂੰ ਸਬਕ ਵੀ ਹੈਗਾ। ਔਰ ਸਭ ਤੋਂ ਵੱਡੀ ਗੱਲ ਹੈ ਕਿ ਇਹ ਪੰਜਾਬ ਦੇ ਅਫਸਰ ਤਾਂ ਇੰਨੇ ਜ਼ਿਆਦਾ ਨੇ ਕਿ ਇਹਨਾਂ ਦੇ ਬਹੁਤ ਸਾਰੇ ਅਤੇ ਚੰਗੇ ਵੀ ਨੇ ਅਤੇ ਬਹੁਤ ਸਾਰੇ ਮਾੜੇ ਵੀ ਨੇ। ਅਤੇ ਜਦੋਂ ਇਹ ਜਿਹੜਾ ਬੇਨਾਮੀ ਵਾਲਾ ਮਸਲਾ ਆ ਗਿਆ ਤਾਂ ਪੈ ਗਏ ਨਾ ਕਈ ਦੇ ਅਫਸਰ ਤਾਂ, ਕਿ ਪਹਿਲਾਂ ਵੀ ਖਬਰਾਂ ਪ੍ਰਕਾਸ਼ ਦੀਆਂ ਕਿ 50-50 ਹਜ਼ਾਰ ਰੁਪਏ ਦੀ ਤਾਂ ਬੈਲਟ ਹੀ ਲਾਉਂਦੇ ਹੁੰਦੇ ਸੀ ਉਹ ਕਿੱਥੋਂ ਆਉਂਦੇ ਪਏ। ਵੱਧ ਤੋਂ ਵੱਧ ਜੇ ਨਵਾਂ IAS ਅਫਸਰ ਸਿਲੈਕਟ ਹੁੰਦਾ ਕਿੰਨੀ ਤਨਖਾਹ ਹੋਊਗੀ, 70,000 ਹੋਊਗੀ, ਠੀਕ ਹੈ। ਜਿਹੜਾ IAS ਸੈਕਟਰੀ ਲੈਵਲ ਦਾ ਅਧਿਕਾਰੀ ਆ ਉਹ 2 ਲੱਖ ਦੀ ਹੋਊਗੀ ਨਾ। ਪਰ ਇਹ ਅਫਸਰ ਉਹ ਨੇ ਜਿਹੜੇ ਨਾ, ਇਹਨਾਂ ਦੇ ਨਿਆਣੇ ਵੀ ਫ੍ਰੀ ਪੜ੍ਹਦੇ ਨੇ, ਘਰ ਦਾ ਰਾਸ਼ਨ ਵੀ ਫ੍ਰੀ ਆਉਂਦਾ, ਬਹੁਤੇ ਇਮਾਨਦਾਰ ਹੈਗੇ ਨੇ, ਪਰ ਬਹੁਤਿਆਂ 'ਚ ਬੇਈਮਾਨ ਵੀ ਹੈਗੇ ਨੇ। ਹੁਣ ਆਹ ਹੁਣ ਅਫਸਰ ਆ, ਕੀ ਪਤਾ ਇਹਨੇ ਕਿੱਥੇ ਕਿੱਥੇ ਇਨਵੈਸਟ ਕੀਤਾ ਹੋਊਗਾ, ਕਿੱਥੇ ਕਿੱਥੇ ਇਹਨੇ ਲੋਕਾਂ ਨਾਲ ਠੱਗੀ ਮਾਰੀ, ਕਿੰਨੇ ਪ੍ਰੋਜੈਕਟਾਂ 'ਚ ਉਹਨੇ ਪੈਸਾ ਖਾਧਾ ਹੋਊਗਾ, ਕਿੰਨੇ ਬਿਲਡਰਾਂ ਨਾਲ ਮਿਲ ਕੇ ਇਹਨੇ ਘਰ ਬਣਾਏ ਹੋਣੇ, ਕਿੰਨੀ ਇਹਨੇ ਇਨਵੈਸਟਮੈਂਟ ਕੀਤੀ ਹੋਣੀ, ਕਿੰਨੇ ਇਹਨੇ ਕਾਲੀ ਕਮਾਈ ਕੀਤੀ ਹੋਊਗੀ, ਉਹ ਹੁਣ ਹੱਥ ਲਾ ਕੇ ਵੇਖਦਾ ਹੈਗਾ ਕਿ ਮੇਰੇ ਨਾਲ ਹੋਇਆ ਕੀ ਨਾ। ਅਤੇ ਮੈਨੂੰ ਲੱਗਦਾ ਚੰਗੀ ਗੱਲ, ਮੋਹਰਾਂ ਨੂੰ ਚੋਰ ਪੈਣੇ ਚਾਹੀਦੇ ਹੈਗੇ ਨੇ ਜਿਹੜੇ ਇਹਨਾਂ ਲੋਕਾਂ ਨੇ ਡਾਕੇ ਮਾਰੇ। ਹੈ ਤਾਂ ਪੰਜਾਬ ਦਾ ਪੈਸਾ ਹੀ ਆ 20 ਕਰੋੜ, ਜਿਹੜੇ ਬੰਦੇ ਦੀ 20 ਕਰੋੜ ਰੁਪਏ ਦੀ
ਇਹਨੂੰ ਠੱਗੀ ਨਹੀਂ ਕਵਾਂਗੇ, ਮੈਨੂੰ ਲੱਗਦਾ ਕਿ ਉਹਨਾਂ ਨੇ ਚੰਗਾ ਕੰਮ ਕੀਤਾ, ਪਰ ਹੋਰ ਲੱਗਦਾ ਕਿ 250 ਕਰੋੜ ਦਾ ਮਾਲਕ ਹੋਣਾ। ਵੈਸੇ ਪੰਜਾਬ ਦੇ ਬਹੁਤੇ ਅਫਸਰ ਆ ਇਹੋ ਜਿਹੇ ਨੇ, IPS ਅਤੇ IAS, ਕਈ ਤਾਂ ਫਿਲਮਾਂ 'ਚ ਪੈਸੇ ਲਾਉਂਦੇ ਨੇ, ਕਈ ਯੂਨੀਵਰਸਿਟੀਆਂ ਦੇ ਵਿੱਚ ਪੈਸੇ ਲਾਉਂਦੇ ਨੇ, ਕਈ ਰੀਅਲ ਅਸਟੇਟ ਦੇ ਵਿੱਚ ਪੈਸੇ ਲਾਉਂਦੇ ਹੈਗੇ ਨੇ, ਕਈ ਇਮੀਗ੍ਰੇਸ਼ਨ ਸੈਂਟਰਾਂ 'ਤੇ ਪੈਸੇ ਲਾਉਂਦੇ ਨੇ, ਕਈਆਂ ਨੇ ਬਾਹਰਲੇ ਦੇਸ਼ਾਂ ਦੇ ਵਿੱਚ ਜਾ ਕੇ ਪਾਰਕਿੰਗ ਵਾਲੀਆਂ ਥਾਵਾਂ ਲਈਆਂ ਨੇ, ਆਪਣੇ ਨਿਆਣੇ ਬਾਹਰ ਭੇਜਦੇ ਨੇ, ਉੱਥੇ ਪੈਸਾ ਇਨਵੈਸਟ ਕਰਤਾ ਹਵਾਲੇ ਦੇ ਜ਼ਰੀਏ। ਅਤੇ ਇਹ ਪੰਜਾਬ ਦੇ 'ਤੇ ਜਿਹੜਾ ਵੀ ਕੋਈ ਅਫਸਰ ਰਿਟਾਇਰ ਹੁੰਦਾ ਨਾ ਚੰਗਾ, ਇਹੋ ਜਿਹੇ ਜਿਹਨਾਂ ਨਾਲ ਠੱਗੀਆਂ ਵੱਜ ਜਾਂਦੀਆਂ, ਉਹ 3-3, 4-4, 5-5 ਕਰੋੜ ਦੇ ਮਾਲਕ ਹੈਗੇ ਨੇ। ਅਤੇ ਮੈਨੂੰ ਲੱਗਦਾ ਇਹ ਚੰਗਾ ਇੱਕ ਕਿਸੇ ਨੂੰ ਲੈਸਨ ਮਿਲਿਆ, ਗਾਂਹ ਜਿਹੜਾ ਹੋਊਗਾ, ਹੁਣ ਹੋਰ ਵੀ ਠੱਗ ਤਾਂ ਬਥੇਰੇ ਨੇ, ਲਟੇਰੇ ਚੋਰ, ਉਹ ਅੱਗੇ ਤੋਂ ਸੋਚ ਸਮਝ ਕੇ ਪਊਗਾ ਕਿ ਹਾਂ ਇਹ ਬੰਦੇ ਦੇ ਉੱਪਰ ਮੈਂ ਹੁਣ ਇਹਦੇ ਨਾਮ 'ਤੇ ਬੇਨਾਮੀ ਪ੍ਰੋਪਰਟੀ ਖਰੀਦਣੀ ਕਿ ਨਹੀਂ ਖਰੀਦਣੀ। ਤਾਂ ਇੱਕ ਜਿੱਥੇ ਅਫਸਰਾਂ ਦੀ ਗੱਲ, ਅਫਸਰਸ਼ਾਹੀ ਦੇ ਵਿੱਚ ਜ਼ਿਆਦਾਤਰ IPS ਅਤੇ IAS ਆ ਜਿਹੜੇ, ਖਾਸ ਕਰਕੇ ਰੇਤ ਮਾਫੀਆ ਜਿਹੜੇ ਢੰਗ ਨਾਲ ਪੰਜਾਬ 'ਚ ਚੱਲਿਆ, ਉੱਥੇ ਵੀ IAS ਅਫਸਰ ਜਦੋਂ ਕੰਮ ਨਹੀਂ ਕਰਦੇ ਫਿਰ ਸ਼ੱਕ ਦੀ ਸੂਈ ਉਹਨਾਂ 'ਤੇ ਵੀ ਜਾਂਦੀ ਹੈ, ਸ਼ਾਇਦ ਉੱਥੋਂ ਪੜਾਉਂਦੇ ਆ ਕੁਛ। IPS ਅਫਸਰਾਂ ਦੀ ਖਾਸ ਕਰਕੇ ਗੱਲ ਕਰੀਏ, ਪਿੱਛੇ ਜਿਹੜੇ ਡਰੱਗ ਤਸਕਰਾਂ ਨਾਲ ਮਿਲੇ ਹੋਏ ਸੀ, ਉਹਨਾਂ ਦੀਆਂ ਪ੍ਰਾਪਰਟੀਆਂ ਜਾਇਦਾਦਾਂ ਦੀ ਵੀ ਛਾਣਬੀਣ ਹੋਈ ਹੈ, 2 ਸੋਰਸ ਹੀ ਹੁੰਦੇ ਆ ਜਾਂ ਹੋਰਨਾਂ ਥਾਵਾਂ ਤੋਂ ਵੀ ਬਣਾਉਂਦੇ ਆ ਪੈਸੇ? ਇਹ ਬਹੁਤ ਸਾਰੇ ਸੋਰਸ ਆ, ਜਿਹੜੇ ਬੰਦੇ ਜਮਾਨਤ ਲੈਣ ਵਾਸਤੇ 25-25 ਲੱਖ ਰੁਪਏ ਵਾਲਾ ਵਕੀਲ ਹਾਇਰ ਕਰ ਸਕਦੇ ਨੇ ਕੇਸ ਦੀ ਸੁਣਵਾਈ ਵਾਸਤੇ, ਤੇ ਉਹ ਤੁਹਾਨੂੰ ਕੀ ਲੱਗਦਾ ਕਿ ਇੱਕ ਪੁਲਿਸ ਅਫਸਰ ਕੋਲ ਇੰਨਾ ਪੈਸਾ ਹੋਊਗਾ ਕਿ 25 ਲੱਖ ਰੁਪਈਆ ਦੇ ਦੂਗਾ? ਮਤਲਬ ਕਿਤੇ ਨਾ ਕਿਤੇ ਤਾਂ ਹੈ ਹੀ ਨਾ, ਪੰਜਾਬ ਦੇ ਵਿੱਚ ਬਹੁਤ ਸਾਰਾ ਮਾਈਨਿੰਗ ਵਾਲਾ ਪੈਸਾ, ਨਸ਼ੇ ਵਾਲਾ ਪੈਸਾ, ਸਾਰਾ ਹੀ ਮੈਨੂੰ ਲੱਗਦਾ ਕਿ ਇੱਕਾ ਦੁੱਕਾ ਹੀ ਹੋਊਗਾ ਜਿਹੜੇ ਇਮਾਨਦਾਰ ਆ। ਬਾਕੀ ਤਾਂ ਸਾਰੇ ਜਿਵੇਂ ਤੁਸੀਂ ਛੱਡੋ, IPS ਛੱਡੋ, SSP DIG ਲੈਵਲ ਦੇ ਬੰਦੇ ਛੱਡੋ, ਕਈ ਤਾਂ SHO ਲੈਵਲ ਦੇ ਹੀ ਇੰਨੇ ਅਮੀਰ ਸੀ। ਮੋਗੇ ਕਹਿੰਦੇ 3-4 SHO ਨਾਲ ਕੇ ਕਲੋਨੀਆਂ ਅਤੇ ਕਲੋਨੀਆਂ ਕੱਢ ਦਿੱਤੀਆਂ ਹੈਗੀਆਂ ਸੀ ਨਾ, ਬਹੁਤ ਸਾਰੇ ਨੇ। ਤੁਸੀਂ SHO ਜਿਹੜਾ ਅੱਜ ਲੱਗਦਾ ਹੈਗਾ, ਕਿਤੇ ਐਵੇਂ ਥੋੜ੍ਹਾ ਲੱਗਦਾ, ਮਤਲਬ ਇਹ ਨਹੀਂ ਕਿ ਇਸ ਸਰਕਾਰ ਦੇ ਵਿੱਚ ਜਿਹੜੀ ਵੀ ਸਰਕਾਰ ਰਹੀ ਆ, SHO ਲੱਗਣਾ ਹੀ ਆਪਣੇ ਆਪ 'ਚ ਜ਼ਿਲ੍ਹੇ ਦੇ ਬਰਾਬਰ ਆ। ਅਤੇ ਜੇ ਚੰਗੇ ਥਾਣੇ ਨੇ, ਠੀਕ ਆ, ਚੰਗੇ ਸ਼ਹਿਰ ਨੇ, ਚੰਗਾ ਏਰੀਆ ਹੈਗਾ, ਉਹ ਸਾਰਿਆਂ ਦੇ ਵਿੱਚ ਪੈਸੇ ਜਿਹੜੇ ਹੈਗੇ ਨੇ ਉਹ SHO ਹੋਵੇ। ਹੁਣ ਤਾਂ ਚਰਚਾ ਕਿ ਆਪਣੇ ਲਾਗੇ ਹੀ ਚੰਡੀਗੜ੍ਹ ਦੇ ਲਾਗੇ ਇੱਕ ਪੰਜਾਬ ਦਾ ਵਿਧਾਨ ਸਭਾ ਹਲਕਾ, ਇੱਕ ਜਿਹੜਾ ਟਾਊਨ ਆ MLA ਦਾ ਜਵਾਈ ਦੇਖਦਾ, ਦੂਜਾ ਉਹਦੇ ਸ਼ਹਿਰ ਦੇ ਵਿੱਚ 3-4 ਟਾਊਨ ਪੈਂਦੇ ਨੇ, ਇੱਕ ਟਾਊਨ ਦੀ ਜ਼ਿੰਮੇਵਾਰੀ ਜਵਾਈ ਦੀ ਆ, ਇੱਕ ਟਾਊਨ ਦੀ ਉਹਦੇ ਮੁੰਡੇ ਦੀ ਆ, ਇੱਕ ਟਾਊਨ ਹੋਰ ਉਹਦੇ ਮੁੰਡੇ ਦੀ, ਅਤੇ ਓਵਰਆਲ ਆਪ ਦੇਖਦਾ। ਅਤੇ ਉੱਥੇ ਚਾਹੇ ਉਹ ਕੋਈ ਤਹਿਸੀਲਦਾਰ ਲੱਗਾ, ਚਾਹੇ SHO ਲੱਗਾ, ਚਾਹੇ ਹੋਰ ਲੱਗੇ ਨੇ, ਉਹਨੂੰ ਤਾਂ ਰੋਜ਼ 2-2.5 ਲੱਖ ਰੁਪਈਆ ਮਹੀਨਾ ਜਾਂਦਾ ਹੈਗਾ। ਅਤੇ ਇਹ ਫਿਰ ਇਹੋ ਜਿਹੇ ਲੋਕ ਹੀ ਫਿਰ ਬੇਨਾਮੀ ਪ੍ਰੋਪਰਟੀਆਂ ਖਰੀਦੇ ਹੈਗੇ ਨੇ। ਅਤੇ ਇਸ ਕਰਕੇ ਕੋਈ ਕਹਿ ਦੇ, ਮੈਨੂੰ ਨਹੀਂ ਲੱਗਦਾ ਕੋਈ ਪੰਜਾਬ ਦੇ ਵਿੱਚ ਜਿਹੜੇ ਵੱਡੇ ਅਫਸਰ ਅਤੇ ਪੋਲੀਟੀਸ਼ਨ ਆ ਜਿਹੜੇ ਹਿੱਕ 'ਤੇ ਥਾਪੀ ਮਾਰ ਕੇ ਕਹਿ ਸਕਦੇ ਕਿ ਸਾਡੇ 'ਤੇ ਕੋਈ ਉਂਗਲ ਕਰਕੇ ਦਿਖਾਈ, ਅਸੀਂ ਉਹਦੀ ਉਂਗਲ ਵੱਢ ਦਾਂਗੇ। ਮਤਲਬ ਬਹੁਤ ਸਾਰੇ ਹੋਊਗਾ, ਪਰ ਕੋਈ ਇੰਨਾ ਨਹੀਂ ਕਿ ਹਿੱਕ 'ਤੇ ਥਾਪੀ ਮਾਰ ਕੇ ਕਿ ਮੈਂ ਇਮਾਨਦਾਰ ਹੈਗਾ।